ਅੱਜ ਮੇਰਾ ਰਿਜ਼ਲਟ ਆ ਗਿਆ ਤੇ ਮੈਂ ਬਹੁਤ ਚੰਗੇ ਨੰਬਰਾਂ ਨਾਲ ਪਾਸ ਹੋ ਗਈ ਤੇ ਮੈਂ ਅੱਗੇ ਪੜ੍ਹਨਾ ਚਾਹੁੰਦੀ ਹਾਂ। ਪੁੱਤ ਗਾਹਾਂ ਤੇ ਸਹੁਰੇ ਘਰ ਜਾਣਾ ਤੇਰੀ ਡਿਗਰੀਆਂ ਨਹੀਂ ਦੇਖਣੀ ਹੈਗੀ, ਹੁਣ ਤੂੰ ਕੰਮ ਕਾਰ ਸੀਖ ਪੁੱਤ, ਗਾਹਾਂ ਫਿਰ ਗਾਹਾਂ ਤੇਰਾ ਵਿਆਹ ਵੀ ਕਰਨਾ ਸੀ। ਚੱਲ ਚੰਗਾ ਬੇਬੇ। ਰੁਬੇ ਕੀ ਕਰਦੀ ਐ? ਕੁਛ ਨਹੀਂ, ਬੈਠੀ ਦੇ ਰੋਟੀ ਖਾ ਕੇ। ਭੈਣ ਸਕੂਲੋਂ ਆ ਗਈ? ਆ ਰਹੀ ਪੁੱਤ, ਭੈਣ ਕੀ ਅੱਜ ਪੇਪਰ ਵੀ ਤਾਂ। ਰਾਣੋ ਪੁੱਤ। ਹਾਂ ਬੇਬੇ। ਬਾਈ ਨੂੰ ਪਾਣੀ ਲਿਆ ਦੇ। ਹਾਂ ਭੈਣੇ, ਰਿਜ਼ਲਟ ਦਾ ਕੀ ਬਣਿਆ? ਮੇਰੇ ਚੰਗੇ ਨੰਬਰਾਂ ਨਾਲ ਪਾਸ ਹੋ ਗਈ ਮੈਂ ਤਾਂ। ਚਲੋ ਵਧੀਆ। ਹਾਂਜੀ। ਹੁਣ ਅੱਗੇ ਬਾਰੇ ਕੀ ਸੋਚਿਆ ਭੈਣ? ਮੈਂ ਮੇਰੇ ਅੱਗੇ ਤਾਂ ਮੈਂ ਪੜ੍ਹਨਾ ਚਾਹੁੰਦੀ ਹਾਂ, ਪਰ ਬੇਬੇ ਨੇ ਮਨਾ ਕਰਤਾ, ਕਹਿੰਦੇ ਕੰਮ ਕਾਰ ਸਿੱਖ ਲੈ, ਉਹ ਜ਼ਰੂਰੀ ਹੈ ਤੇਰੇ ਲਈ। ਪੁੱਤ ਆਪਾਂ ਹੁਣ ਫਿਰ ਕਿਆ ਨੂੰ ਪੜ੍ਹਾਈਏ ਭੈਣ ਨੂੰ? ਇੰਨੇ ਪੈਸੇ ਕਿੱਥੋਂ ਲਾਵਾਂਗੇ ਆਪਾਂ? ਹੁਣ ਆਪਣੀ ਕਬੀਲਦਾਰੀ ਪਹਿਲੀ ਟੈਟ ਹੈ। ਚੱਲ ਕੋਈ ਨਾ ਭੇ, ਪੜ੍ਹ ਲੈਣ ਦੇ, ਘਰ ਦੀ ਗਰੀਬੀ ਦੂਰ ਹੋ ਜਾਈ, ਕੰਮ ਕਾਰ ਤਾਂ ਚੱਲਦੇ ਰਹਿੰਦੇ ਨੇ। ਕੋਈ ਨਾ ਬੇਬੇ ਨੂੰ ਆਪ ਹੀ ਬਣਾ ਲੂੰਗਾ ਮੈਂ, ਕੋਈ ਨਾ ਬੇਬੇ ਆਪਣੀਆਂ ਕਲਾਸਾਂ ਦਾ ਪਤਾ ਕਰ ਲੈ ਜੂ, ਠੀਕ ਹੈ ਬੇਣੇ? ਆ ਗਿਆ ਪੁੱਤ ਖੇਤ? ਹਾਂ ਆ ਗਿਆ ਬੇਬੇ। ਕਣਕ ਨੂੰ ਕਿਵੇਂ ਖੜੀ ਹੈ ਪੁੱਤ? ਕਣਕ ਤਾਂ ਵਧੀਆ ਖੜੀ ਹੈ ਬੇਬੇ। ਅੱਛਾ, ਰਾਣੋ ਭੈਣ ਕਿੱਥੇ ਹੈ? ਅੰਦਰ ਪੜ੍ਹ ਰਹੀ ਹੈ ਪੁੱਤ ਭੈਣ ਤੋਂ। ਠੀਕ, ਉਹ ਕਹਿ ਰਹੀ ਸੀ ਬੇ ਰਾਣੋ ਨੂੰ ਪੜ੍ਹ ਲੈਣ ਦੇ, ਪੈਸੇ ਦਾ ਇੰਤਜ਼ਾਮ ਮੈਂ ਕਰਤਾ। ਫਿਰ ਪੁੱਤ ਚੱਲ, ਜਿਹੜੀ ਥੋੜ੍ਹੀ ਦੇਰ ਬਾਅਦ ਪਾਈ ਸੋਚਿਆ ਕਰ। ਵੀਰੇ ਮੈਂ ਚੱਲੀ ਆ ਪੜ੍ਹਨ। ਕੋਈ ਨਾ ਭੈਣ, ਧਿਆਨ ਨਾਲ ਜਾਈ। ਠੀਕ ਹੈ ਵੀਰੇ। ਸੱਤ ਪੈਂਟ ਆਏ ਵੀਰੇ ਨਾਲ ਕਰਦੀ ਹਾਂ ਗੱਲ, ਮੈਨੂੰ ਬਾਹਰ ਭੇਜ ਦੇ, ਇੱਥੇ ਤਾਂ ਕੁਛ ਰੱਖੇ ਵੀ ਨਹੀਂ ਬਸ। ਚੱਲ ਘਰੇ ਜਾ ਕੇ ਕਰਦੀ ਹਾਂ ਗੱਲ। ਵੀਰੇ ਮੈਂ ਆੜਤੀ ਨਬੀ ਸਾਹਿਬ ਕਰਕੇ ਆਏ ਜੀਰੀ ਦਾ, ਉੱਥੇ ਵੀ ਨਹੀਂ ਪੈਸੇ ਕੁਛ ਬੱਚੇ। ਚੱਲ ਲੈ ਬੇ, ਭੈਣ ਵੀ ਆ ਗਈ। ਆ ਗਈ ਭੈਣੇ? ਹਾਂ ਵੀਰੇ ਮੈਂ ਆ ਗਈ। ਉਹ
ਹੋਰ ਬਾਈ ਹੋਰ ਲਾਡੀ ਨਵੀਂ ਤਾਜ਼ੀ ਸੁਣਾ ਕੋਈ ਕਿਹੜੀਆਂ ਨਵੀਆਂ ਤਾਜ਼ੀਆਂ ਬਾਈ ਇੱਧਰੋਂ ਆੜਤੀ ਵੈਸੇ ਟੁੱਟ ਗਏ ਇੱਧਰੋਂ ਭੈਣ ਨੇ ਆਈਲੈਂਡਸ ਕੱਢਤੀ ਅਤੇ ਹੋਰ ਉਹਦੇ ਰਿਸ਼ਤੇਦਾਰ ਨੂੰ ਪੁੱਛੇ ਸੀ ਪੈਸੇ ਉਹ ਵੀ ਨਾ ਨੁੱਕਰ ਜੀ ਕਰੀ ਜਾਂਦੇ ਨੇ ਹੁਣ ਤਾਂ ਬਾਈ ਟੈਨਸ਼ਨਾਂ ਹੀ ਟੈਨਸ਼ਨਾਂ ਨੇ ਇਹ ਵੀ ਬਾਈ ਕੋਈ ਟੈਨਸ਼ਨ ਲੈਣ ਵਾਲੀ ਗੱਲ ਹੈ ਆਪਣਾ ਯਾਰ ਦੋਸਤ ਦਾ ਭਰਾ ਹੈਗਾ 10 ਕਿੱਲੇ ਜ਼ਮੀਨ ਦੇ ਆਉਂਦੇ ਨੇ ਸਾਰਾ ਖਰਚਾ ਆਪ ਕਰਨਗੇ ਉਹਦੇ ਨਾਲ ਕਰ ਦਿੰਦੇ ਹਾਂ ਰਿਸ਼ਤਾ ਗੁੱਡੀਆਂ ਦਾ ਖੇਤੀਬਾੜੀ ਵਧੀਆ ਹੈ ਕਣਕ ਵੀ ਵਧੀਆ ਖੜੀ ਹੈ ਹੋਰ ਘਰੇ ਠੀਕ ਨੇ ਸਾਰੇ ਹਾਂ ਠੀਕ ਠਾਕ ਜੀ ਆਪ ਸੁਣਾਓ ਕੁੜੀ ਸੁਖੀ ਹੋਣੀ ਚਾਹੀਦੀ ਕੁੜੀ ਐਸ਼ ਕਰੂ ਬੇਬੇ ਠੀਕ ਹੈ ਰਾਣੋ ਚਾਹ ਕਰ ਲੈ ਪੁੱਤ ਬੇਬੇ ਸਾਨੂੰ ਤੁਹਾਡੀ ਕੁੜੀ ਪਸੰਦ ਹੈਗੀ ਤੇ ਅਸੀਂ ਤੁਹਾਡਾ ਵਿਆਹ ਤੇ ਕੋਈ ਜ਼ਿਆਦਾ ਖਰਚਾ ਨਹੀਂ ਕਰਾਉਂਦੇ ਠੀਕ ਹੈ ਜਿੰਨੇ ਪੈਸੇ ਲੱਗਣਗੇ ਬਾਹਰ ਬੂਰ ਜਾਣ ਤੇ ਅਸੀਂ ਆਪੇ ਲਾ ਦਾਂਗੇ ਠੀਕ ਹੈ ਪੁੱਤ ਠੀਕ ਬਸ ਤੁਸੀਂ ਫਾਈਨਲ ਕਰਕੇ ਦੱਸ ਦਿਓ ਸਾਨੂੰ ਵੀ ਕਦੋਂ ਕਿਵੇਂ ਕਰਨਾ ਤੁਸੀਂ ਠੀਕ ਹੈ ਪੁੱਤ ਕੀ ਗੱਲ ਰਾਣੋ ਸਾਰਾ ਦਿਨ ਫੋਨ ਤੇ ਲੱਗੀ ਰਹਿਣੀ ਹੈ ਮੇਰੇ ਨਾਲ ਵੀ ਗੱਲ ਕਰ ਲਿਆ ਕਰ ਹਾਂਜੀ ਦੱਸੋ ਮੈਨੂੰ ਲੱਗਦਾ ਮੇਰੇ ਨਾਲ ਵਿਆਹ ਕਰਾ ਕੇ ਖੁਸ਼ ਨਹੀਂ ਹੈਗੀ ਤੂੰ ਨਹੀਂ ਹੈ ਜੀ ਕੋਈ ਗੱਲ ਨਹੀਂ ਹੈਗੀ ਰਾਣੋ ਫੋਨ ਸਾਈਡ ਤੇ ਧਰ ਮੈਂ ਤੈਨੂੰ ਇੱਕ ਜ਼ਰੂਰੀ ਗੱਲ ਕਰਨੀ ਹੈ ਹਾਂਜੀ ਦੱਸੋ ਏਜੰਟ ਨਾਲ ਮੇਰੀ ਗੱਲ ਹੋਈ ਹੈ ਤੇਰੀ ਫਾਈਲ ਦਾ ਕੰਮ ਨਿਬੜ ਗਿਆ ਅਤੇ ਅਗਲੇ ਮਹੀਨੇ ਤੇਰਾ ਵੀਜ਼ਾ ਆਜੂਗਾ ਅਤੇ ਉਸ ਤੋਂ ਬਾਅਦ ਤੂੰ ਬਾਹਰ ਚਲੇ ਜਾਣਾ ਅਤੇ ਮੈਨੂੰ ਵੀ ਜਲਦੀ ਬੁਲਾ ਲਈ ਠੀਕ ਹੈ ਬੁਲਾ ਲਾਂਗੀ ਅੱਜ ਰਾਣੋ ਤੂੰ ਜਾ ਰਹੀ ਹੈ ਤੇਰੇ ਬਿਨਾਂ ਮੇਰਾ ਜੀ ਨਹੀਂ ਲੱਗਣਾ ਹੈ ਕੋਈ ਜਾ ਕੇ ਲੱਗ ਜਾਏਗਾ ਜੀ ਨੂੰ ਕੀ ਹੋ ਗਿਆ ਤੂੰ ਜਾ ਕੇ ਮੈਨੂੰ ਫੋਨ ਕਰ ਲਿਆ ਕਰੇ 6 ਮਹੀਨੇ ਮੈਂ ਕਿਵੇਂ ਗੁਜ਼ਾਰੂੰਗਾ ਤੇਰੇ ਬਿਨਾਂ ਹੋ ਜਾਂਦਾ ਟਾਈਮ ਪਾਸ ਕੋਈ ਨਾ ਕਰ ਲਿਆ ਕਰੂੰਗੀ ਫੋਨ ਟਾਈਮ ਲੱਗਦਾ ਕੰਮ ਪਤਾ ਉੱਥੇ ਕਿੰਨੇ ਹੁੰਦੇ ਨੇ ਕੰਮ ਦਾ ਤਾਂ ਮੈਨੂੰ ਵੀ ਪਤਾ ਕਿੰਨੇ ਹੁੰਦੇ ਨੇ ਫਿਰ ਵੀ ਕੰਮ ਜ਼ਰੂਰੀ ਥੋੜ੍ਹੀ ਹੈ ਮੇਰੇ ਬਿਨਾਂ ਉੱਥੇ ਜਾ ਕੇ ਮੈਂ ਕੰਮ ਵੀ ਕਰਨੀ ਹੈ ਜਦ ਟਾਈਮ ਲੱਗੇਗਾ ਮੈਂ ਕਰ ਲੈਣੀ ਚਲੋ ਠੀਕ ਹੈ ਬਹੁਤ ਹੀ ਗੱਲਾਂ ਨਾ ਮਾਰੋ ਮੈਨੂੰ ਛੱਡਿਆ ਓਫਲਾਈਨ ਲੇਟ ਹੋ ਜਾਏਗੀ
ਕੀ ਯਾਰ ਇੱਕ ਇਹ ਨਹੀਂ ਫੋਨ ਚੱਕ ਰਹੀ ਹੈਗੀ ਬੰਦਾ ਫੋਨ ਚੱਕ ਕੇ ਕਹਿ ਦਿੰਦਾ ਵੀ ਮੈਂ ਬਿਜ਼ੀ ਹਾਂ ਸਵੇਰ ਦੇ 20 ਫੋਨ ਲਾ ਲਏ ਇੱਕ ਵਾਰ ਹੋਰ ਲਾ ਕੇ ਦਿੰਦਾ रंग ते रोशनी चार दिन वास्ते फिर कहानी खत्म रंग ते रोशनी चार दिन वास्ते फिर कहानी खत्म जिंदगी जिंदगी चार दिन वास्ते जिंदगी जिंदगी चार दिन वास्ते फिर कहानी खत्म। हाँ जी किवें लगी अपनी वीडियो वीडियो लाइक कमेंट शेयर ते चैनल नूं सब्सक्राइब भी कर लो भाई धन्यवाद धन्यवाद।